खालसे दे कदे भी छोटे विचार नहीं हुंदे। हां असी सहमत हां कि बिना गल तो जला वतनियां कटनियां, बिना गल तो जेलां विच सड़ना एक रंज वाली गल आ। पर एक क्यों हो रहा है गुरमुखो? कोई गलत नहीं हो रहा, गुलामां नाल ए सब कुछ हुंदा ही हुंदा है। जेड़ी कौम गुलाम हो जाए, किसे दे अधीन होके चलना पै जाए, बगाने कानून दे अधीन जिंदगी जीनी पै जाए, उन्हां लोकां वास्ते ए गल्लां आम हुंदियां ने। हर वारी एकता की गल करी जांदी है, इकट्ठे हो जाओ किसानी मोर्चे ते, इकट्ठे हो जाओ गुरु ग्रंथ साहिब महाराज जी दे मसले ते, इकट्ठे हो जाओ मर्यादा ते कैलेंडर ते, इकट्ठे हो जाओ बंदी सिंघां दे मोर्चे ते, इकट्ठे हो जाओ। इहदा कारण की है? सिर्फ कहण वाले जुबान दा होका दिंदे ने, दिलों तैयार नहीं। क्यों? अज गुरु गोबिंद सिंह महाराज जी की साजी हुई खालसा फौज लीडरलैस हो रही है। लीडरलैस जेड़ियां कौमां दा कोई आगू नहीं हुंदा, उन्हां दा गुलाम होना लाजमी हुंदा है, जो साडे नाल हो रहा है। गल इह नहीं है कि साडी कौम विच कोई आगू नहीं, कतार है कतार आगुआं दी, उह वी चढ़दी कला वालिआं दी। प्रॉब्लम कित्थे है? हर कोई यह चाहता है कि जो मैं कहा वो आगू होवे। पहली गल तो होवां ही मैं, चलो जो मेरे ते सहमति ना होवे ते मेरे धड़े दा आगू होवे, मेरी जथेबंदी दा आगू होवे। खालसा जी, जे तुसी कौम दी लीडरशिप करनी है जां कौम नू लीडरलैस नहीं होण देना, ਇਹ ਗੱਲਾਂ ਆਪਣੇ ਜਿਹਨ ਵਿੱਚੋਂ ਕੱਢਣੀਆਂ ਪੈਣਗੀਆਂ। ਗੁਰਮਹਿ ਪਿਆਰਿਓ, ਮੈਂ ਬੇਨਤੀ ਕਰਾਂ, ਜਿਸ ਸ਼ੈ ਤੋਂ ਡਰ ਹੋਵੇ ਉਹਨੂੰ ਕੋਈ ਖੁੱਲਾ ਨਹੀਂ ਛੱਡਦਾ ਹੁੰਦਾ। ਭੇਡਾਂ ਬੱਕਰੀਆਂ ਖੁੱਲੀਆਂ ਰਹਿੰਦੀਆਂ, ਬੜੇ ਉੱਡਣ ਵਾਲੇ ਪੰਛੀ ਜਿਹੜੇ ਸਹਾਇਕ ਪੰਛੀ ਨੇ ਉਹ ਖੁੱਲੇ ਅਸਮਾਨ ਵਿੱਚ ਉੱਡਦੇ ਨੇ, ਜਿਨ੍ਹਾਂ ਦੀ ਕੋਈ ਕੀਮਤ ਹੁੰਦੀ ਹੈ, ਜਿਨ੍ਹਾਂ ਦੇ ਵਿੱਚ ਕੋਈ ਗੁਣ ਹੁੰਦਾ ਹੈ, ਜਿਨ੍ਹਾਂ ਦੇ ਨੇਤਰਾਂ ਵਿੱਚ ਖੌਫ ਦਾ ਜਲਾ ਹੁੰਦਾ ਹੈ, ਉਹ ਕਦੇ ਖੁੱਲੇ ਨਹੀਂ ਘੁੰਮਦੇ ਹੁੰਦੇ। ਗਿਰ ਜਾਂਦੇ ਹੈ ਉਹ ਲੋਕ ਜਿਨਕੇ ਰੁਤਬੇ ਗਿਰ ਜਾਂਦੇ ਹੈ, ਮਰ ਜਾਂਦੇ ਹੈ ਉਹ ਲੋਕ ਜਿਨਕੇ ਜਜ਼ਬੇ ਮਰ ਜਾਂਦੇ ਹੈ। ਅੱਜ ਸਾਡੀ ਕੌਮ ਦਾ ਜਜ਼ਬਾ ਮਰਿਆ ਹੋਇਆ ਹੈ। ਕੋਈ ਕਹਿੰਦਾ ਫਲਾਣਾ ਕੌਮ ਨੂੰ ਉਠਾਏਗਾ, ਕੋਈ ਕਹਿੰਦਾ ਫਲਾਣਾ। ਗੁਰਮਾ ਪਿਆਰੋ, ਕਿਸੇ ਨੇ ਤੁਹਾਨੂੰ ਉਠਾਉਣ ਨਹੀਂ ਆਉਣਾ, ਆਪਣੇ ਅੰਦਰ ਦੀ ਆਵਾਜ਼ ਸੁਣੋ। ਅਗਰ ਤੁਹਾਡੇ ਅੰਦਰ ਅੰਮ੍ਰਿਤ ਹੈ ਤੇ ਤੁਹਾਨੂੰ ਜਗਾਉਣਾ ਕਿਹਨੇ ਹੈ? ਤੁਸੀਂ ਜਾਗਦੋ। ਜੇ ਤੁਸੀਂ ਅੰਮ੍ਰਿਤ ਦੀ ਮਰਜ਼ਾਦਾ ਵਿੱਚ ਨਹੀਂ ਤੇ ਤੁਹਾਨੂੰ ਜਗਾਇਆ ਵੀ ਜਾਗ ਨਹੀਂ ਆਉਣੀ। ਪਰਮ ਸਤਿਕਾਰਯੋਗ ਪੰਥਕ ਮੋਰਚੇ ਵਿੱਚ ਕਈ ਦਿਨਾਂ ਤੋਂ ਦਿਬਰੂਗੜ੍ਹ ਦੀ ਜੇਲ੍ਹ ਵਿੱਚ ਨਜਾਇਜ਼ ਤੌਰ 'ਤੇ ਬੰਦ ਕੀਤੇ ਹੋਏ ਜੁਝਾਰੂ ਸਿੰਘਾਂ ਦੇ ਪਰਿਵਾਰਾਂ ਵੱਲੋਂ ਭਾਈ ਅੰਮ੍ਰਿਤਪਾਲ ਸਿੰਘ ਜੀ ਖਾਲਸਾ ਜੀ ਦੇ ਮਾਤਾ ਜੀ ਅਤੇ ਉਹਨਾਂ ਦੇ ਸਹਿਯੋਗੀਆਂ ਵੱਲੋਂ ਰੱਖੀ ਹੋਈ ਭੁੱਖ ਹੜਤਾਲ ਦੇ ਸੰਬੰਧ ਵਿੱਚ ਵੱਖ ਵੱਖ ਜਥੇਬੰਦੀਆਂ ਵੱਲੋਂ ਆਏ ਹੋਏ ਆਗੂ ਸਾਹਿਬਾਨ ਅਤੇ ਪੰਥਕ ਸਫਾਂ ਵਿੱਚੋਂ ਆਈ ਹੋਈ ਗੁਰੂ ਪਿਆਰੀ ਸਾਧ ਸੰਗਤ ਜੀ, ਫਤਿਹ ਅਰਜ ਕਰੀਏ ਵਾਹਿਗੁਰੂ ਜੀ ਕਾ ਵਾਹਿਗੁਰੂ ਜੀ ਕੀ। ਫਿਰ ਬੇਨਤੀ ਕਰਾਂ, ਵਾਹਿਗੁਰੂ ਜੀ ਕਾ ਵਾਹਿਗੁਰੂ ਜੀ ਕੀ। ਗੁਰਮਹਿ ਪਿਆਰਿਓ, ਇਹ ਖਾਲਸਾ ਪੰਥ ਦੀ
ਜਦੋਂ ਤੋਂ ਲੈ ਕੇ ਸਾਜਨਾ ਹੋਈ ਹੈ ਜਾਂ ਇਉਂ ਕਹਿ ਦੇਵਾਂ ਕਿ ਖਾਲਸਾ ਪੰਥ ਦੀ ਸਾਜਨਾ ਹੋਈ ਹੀ ਜ਼ੁਲਮਾਂ ਦੇ ਖਿਲਾਫ ਸੀ। ਧੰਨ ਗੁਰੂ ਕਲਮੀਧਰ ਪਾਤਸ਼ਾਹ ਮਹਾਰਾਜ ਨੇ ਉਸ ਵੇਲੇ ਦੇ ਸਾਮਰਾਜੀ ਰਾਜ ਵੱਲੋਂ ਜਾਂ ਜਰਮਾਨਿਆਂ ਦੇ ਵੱਲੋਂ ਕੀਤੇ ਹੋਏ ਜ਼ੁਲਮਾਂ ਦੇ ਖਿਲਾਫ ਇਸ ਖਾਲਸਾ ਪੰਥ ਦਾ ਆਗਾਜ਼ ਕੀਤਾ ਸੀ। ਔਰ ਕੀਤਾ ਕਿਵੇਂ ਸੀ? ਆਨੰਦਪੁਰ ਦੀ ਧਰਤੀ ਦੇ ਉੱਤੇ ਪੰਜ ਸਿਰਾਂ ਦੀ ਮੰਗ ਕੀਤੀ ਸੀ। ਇਹ ਸੰਸਾਰ ਵਿੱਚ ਪਹਿਲੀ ਵਾਰ ਹੋਇਆ ਕਿ ਕਿਸੇ ਪੈਗੰਬਰ ਨੇ, ਕਿਸੇ ਪਾਤਸ਼ਾਹ ਨੇ ਇੱਕ ਮਨੁੱਖੀ ਸਰੀਰ ਧੜ ਨਾਲੋਂ ਸੀਸ ਅਲੱਗ ਕੀਤਾ ਹੋਵੇ ਔਰ ਬਾਅਦ ਵਿੱਚ ਇੱਕ ਐਸੀ ਅਦੁੱਤੀ ਸ਼ਕਤੀ ਅੰਮ੍ਰਿਤ ਦਾ ਛਿੱਟਾ ਮਾਰ ਕੇ ਕਿਹਾ ਹੋਵੇ, ਖਾਲਸਾ ਜੀ ਬੋਲ, ਵਾਹਿਗੁਰੂ ਜੀ ਕਾ ਵਾਹਿਗੁਰੂ ਜੀ ਕੀ, ਔਰ ਉਹ ਸਾਲਮ ਉੱਠ ਕੇ ਖੜਾ ਹੋ ਗਿਆ ਹੋਵੇ। ਸਿੱਖੋ, ਤੁਹਾਨੂੰ ਤੁਹਾਡੇ ਇਤਿਹਾਸ ਤੇ ਮਾਣ ਚਾਹੀਦਾ। ਇਹ ਪਹਿਲੀ ਵਾਰ ਹੋਇਆ ਦੁਨੀਆਂ ਦੇ ਇਤਿਹਾਸ ਵਿੱਚ ਤੇ ਆਖਰੀ ਵਾਰ ਹੋਏਗਾ, ਇਸ ਤੋਂ ਬਾਅਦ ਵੀ ਨਹੀਂ ਇਹ ਵਰਤਿਆ ਹੋਏਗਾ। ਦੂਸਰਾ, ਮੈਂ ਬੇਨਤੀ ਕਰਾਂ, ਤੁਹਾਡੇ ਇਤਿਹਾਸ ਵਿੱਚ ਪਹਿਲੀ ਵਾਰ ਹੋਇਆ ਕਿ ਕਿਸੇ ਪੈਗੰਬਰ ਨੇ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਦੇ ਰੂਪ ਵਿੱਚ ਜਿਉਂਦਿਆਂ ਵੇਈ ਨਦੀ ਵਿੱਚ ਚੁੱਭਾ ਮਾਰਿਆ ਹੋਵੇ ਤੇ ਸੱਚਖੰਡ ਗਿਆ ਹੋਵੇ। ਹੋ ਸਕਦਾ ਮੇਰੇ ਧਿਆਨ ਤੋਂ ਬਾਹਰ ਕੋਈ ਹੋਰ ਪੈਗੰਬਰ, ਕੋਈ ਹੋਰ ਰਿਸ਼ੀ ਮੁਨੀ ਜਿਉਂਦਿਆਂ ਸਰੀਰ ਲੈ ਕੇ ਸੱਚਖੰਡ ਗਏ ਹੋਣ, ਪਰ ਜੇ ਕੋਈ ਉਸੇ ਤਰ੍ਹਾਂ ਨੌ ਬਰ ਨੌ ਜਿਉਂਦਾ ਜਾਗਦਾ ਪੈਗੰਬਰ ਸੱਚਖੰਡ ਤੋਂ ਵਾਪਸ ਦੁਨੀਆਂ ਵਿੱਚ ਆਇਆ, ਉਹ ਸਿੱਖੋ ਤੁਹਾਨੂੰ ਮਾਣ ਹੋਣਾ ਚਾਹੀਦਾ, ਤੁਹਾਡਾ ਗੁਰੂ ਨਾਨਕ ਦੇਵ ਸਾਹਿਬ ਸੀ। ਮੇਰਾ ਇਹ ਗੱਲ ਕਹਿਣ ਦਾ ਮਕਸਦ ਇਹ ਸੀ ਕਿ ਖਾਲਸਾ ਕਦੇ ਵੀ ਛੋਟੀ ਗੱਲ ਨਹੀਂ ਕਰਦਾ, ਖਾਲਸੇ ਦੇ ਕਦੇ ਵੀ ਛੋਟੇ ਵਿਚਾਰ ਨਹੀਂ ਹੁੰਦੇ। ਹਾਂ, ਅਸੀਂ ਸਹਿਮਤ ਹਾਂ ਕਿ ਬਿਨਾਂ ਗੱਲ ਤੋਂ ਜਲਾ ਵਤਨੀਆਂ ਕੱਟਣੀਆਂ, ਬਿਨਾਂ ਗੱਲ ਤੋਂ ਜੇਲ੍ਹਾਂ ਵਿੱਚ ਸੜਨਾ ਇੱਕ ਰੰਜ ਵਾਲੀ ਗੱਲ ਆ, ਪਰ ਇਹ ਕਿਉਂ ਹੋ ਰਿਹਾ? ਗੁਰਮੁਖੋ, ਕੋਈ ਗਲਤ ਨਹੀਂ ਹੋ ਰਿਹਾ, ਗੁਲਾਮਾਂ ਨਾਲ ਇਹ ਸਭ ਕੁਝ ਹੁੰਦਾ ਹੀ ਹੁੰਦਾ। ਜਿਹੜੀ ਕੌਮ ਗੁਲਾਮ ਹੋ ਜੇ, ਕਿਸੇ ਦੇ ਅਧੀਨ ਹੋ ਕੇ ਚੱਲਣਾ ਪੈ ਜੇ, ਬਗਾਨੇ ਕਾਨੂੰਨ ਦੇ ਅਧੀਨ ਜ਼ਿੰਦਗੀ ਜਿਉਣੀ ਪੈ ਜੇ, ਉਹਨਾਂ ਲੋਕਾਂ ਵਾਸਤੇ ਇਹ ਗੱਲਾਂ ਆਮ ਹੁੰਦੀਆਂ ਨੇ ਜੋ ਸਾਡੇ ਨਾਲ ਹੋ ਰਹੀਆਂ। ਹੁਣ ਇਹਦਾ ਹੱਲ ਕੀ ਹੈ? ਹਰ ਵਾਰੀ ਏਕਤਾ ਦੀ ਗੱਲ ਕਰੀ ਜਾਂਦੀ ਹੈ, ਇਕੱਠੇ ਹੋ ਜਾਓ ਕਿਸਾਨੀ ਮੋਰਚੇ ਤੇ, ਇਕੱਠੇ ਹੋ ਜਾਓ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਮਸਲੇ ਤੇ, ਇਕੱਠੇ ਹੋ ਜਾਓ ਮਰਯਾਦਾ ਤੇ ਕੈਲੰਡਰ ਤੇ, ਇਕੱਠੇ ਹੋ ਜਾਓ ਬੰਦੀ ਸਿੰਘਾਂ ਦੇ ਮੋਰਚੇ ਤੇ, ਇਕੱਠੇ ਹੋ ਜਾਓ। ਇਹਦਾ ਕਾਰਨ ਕੀ ਹੈ? ਸਿਰਫ ਕਹਿਣ ਵਾਲੇ ਜ਼ੁਬਾਨ ਦਾ ਹੋਕਾ ਦਿੰਦੇ ਨੇ, ਦਿਲੋਂ ਤਿਆਰ ਨਹੀਂ। ਕਿਉਂ? ਅੱਜ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਸਾਜੀ ਹੋਈ ਖਾਲਸਾ ਫੌਜ ਲੀਡਰਲੈਸ ਹੋ ਰਹੀ ਹੈ, ਲੀਡਰਲੈਸ। ਜਿਹੜੀਆਂ ਕੌਮਾਂ ਦਾ ਕੋਈ ਆਗੂ ਨਹੀਂ ਹੁੰਦਾ, ਉਹਨਾਂ ਦਾ ਗੁਲਾਮ ਹੋਣਾ ਲਾਜ਼ਮੀ ਹੁੰਦਾ ਜੋ ਸਾਡੇ ਨਾਲ ਹੋ ਰਿਹਾ। ਗੱਲ ਇਹ ਨਹੀਂ ਹੈ ਕਿ ਸਾਡੀ ਕੌਮ ਵਿੱਚ ਕੋਈ ਆਗੂ ਨਹੀਂ, ਕਤਾਰ ਹੈ ਕਤਾਰ ਆਗੂਆਂ ਦੀ, ਉਹ ਵੀ ਚੜ੍ਹਦੀ ਕਲਾ ਵਾਲਿਆਂ ਦੀ। ਪ੍ਰੋਬਲਮ ਕਿੱਥੇ ਹੈ? ਹਰ ਕੋਈ ਇਹ ਚਾਹੁੰਦਾ ਹੈ ਕਿ ਜੋ ਮੈਂ ਕਹਾਂ ਉਹ ਆਗੂ ਹੋਵੇ। ਪਹਿਲੀ ਗੱਲ ਤੇ ਹੋਵਾਂ ਹੀ ਮੈਂ, ਚਲੋ ਜੇ ਮੇਰੇ ਤੇ ਸਹਿਮਤੀ ਨਾ ਹੋਵੇ ਤੇ ਮੇਰੇ ਧੜੇ ਦਾ ਆਗੂ ਹੋਵੇ, ਮੇਰੀ ਜਥੇਬੰਦੀ ਦਾ ਆਗੂ ਹੋਵੇ। ਖਾਲਸਾ ਜੀ, ਜੇ ਤੁਸੀਂ ਕੌਮ ਦੀ ਲੀਡਰਸ਼ਿਪ ਕਰਨੀ ਆ ਜਾਂ ਕੌਮ ਨੂੰ ਲੀਡਰਲੈਸ ਨਹੀਂ ਹੋਣ ਦੇਣਾ, ਇਹ ਗੱਲਾਂ ਆਪਣੇ ਜਿਹਨ ਵਿੱਚੋਂ ਕੱਢਣੀਆਂ ਪੈਣਗੀਆਂ। ਰਹੀ ਗੱਲ ਬੰਦੀ ਸਿੰਘਾਂ ਦੀ, ਗੁਰਮਹਿ ਪਿਆਰਿਓ,
मैं बेनती करा जिस शह तो डर होवे ओनू कोई खुला नहीं छड़दा हुंदा। भेड़ां बकरियां खुलियां रहिंदियां, बड़े उड़न वाले पंछी जेड़े सहायक पंछी ने ओह खुले समान विच उड़दे ने, जिन्हां दी कोई कीमत हुंदी है, जिन्हां दे विच कोई गुण हुंदा है, जिन्हां दे नेत्रां विच खौफ दा जलौ हुंदा है, ओह कदे खुले नहीं घुमदे हुंदे। और मैं एक बेनती होर करां, शहीदियां अज भी हो रही ने, बिना मुल तो हो रही, बिना गल तो हो रही, भावे वह शंभू बार्डर जां खनौरी दे बार्डर ते साडे नौजवान ते बजुर्ग आगुआं दीआं शहीदियां होण, भावे झूठे सौदे वाले साध दे मसले ते गुरमह प्यारे भाई कमलजीत सिंह जी, भाई बलकार सिंह जी वर्गे गुरमुखां दीआं शहीदियां होण, उन्हां दा कोई मुल नहीं पिया। भावे भाई कृष्ण भगवान सिंह जी वर्गे गुरमुख प्यारियां दीआं शहीदियां होण, उन्हां शहीदियां दित्तियां अपने गुरु नूं करके, पर कौम तो अजे तक उन्हां दा मुल नहीं पाया गया। मुल किवें पएगा? मुल सानूं साडे गुरु ने पा के विखाया। गुरमुख प्यारो किसे शायर ने लिखिया, गिर जाते हैं वो लोग जिनके रुतबे गिर जाते हैं, मर जाते हैं वो लोग जिनके जज्बे मर जाते हैं। अज साडी कौम दा जज्बा मरिया होया है। कोई कहना फलाना कौम नूं उठाएगा, कोई कहना फलाना, गुरमुख प्यारो किसे ने तुहानू उठाउण नहीं आउणा। अपने अंदर दी आवाज सुनो, अगर तुहाडे अंदर अमृत है ते तुहानू जगाउणा कीने है? तुसी जाग दो, जे तुसी अमृत दी मर्यादा विच नहीं ते तुहानू जगाया भी जाग नहीं आउणी। गुरमुख प्यारो पंघाणी दी धरती तो लै के खिदराने दी ढाब तक जिन्नियां शहीदियां होईयां सी, बाजां वाले पातशाह महाराज जी की अगवाई विच उन्नियां शहीदियां देनियां पैणियां। भावें अज दे लो, भावें कल दे लो, भावें मूर्ख बन के गोलियां खाई जाओ, दाड़ पटवाई जाओ, पग्गां लहाई जाओ, उन्हां शहीदियां का कोई मुल नहीं। असी 84 विच भी उन्नियां शहीदियां दित्तियां, की मुल पिया? साडे आगू विके, गुरमुख प्यारे उन्हां विके होए आगुआं ने कमाल दी बात वेखो, जेड़े इसे अकाल तख्त साहब तो हाथ खड़े करके बाहर आए, उन्हां नूं राज मिलिया, राज 25 साल का राज उन्हां गदारां ने तुहाडी बदौलत हंडाया, और दोबारा फिर तुहानूं चैलेंज करन जा रहे ने उह लोक। ते जिन्हां ने शहीदियां दित्तियां उन्हां दे परिवार नूं कोई मिलन भी नहीं गया। गुरमुख प्यारो मैनूं इह कहिंदिआं होइआं शर्म आ रही है कि मैं भी उस कौम का हिस्सा जो अज सुती पई है। माण है कि मैं गुरु कलगीधर पातशाह महाराज जी दे खालसा पंथ का एक सिख हाँ, पर शर्म इस गल की आ रही है कि वह कौम जिहड़ी तो गुरमुख प्यारो एक एक सवा लख नाल लड़दा सी, जिहड़ी कौम दीआं छड्डीआं होईआं चिड़ियां बाजां दा तुंबा तुंबा कर दिंदियां सी, अज पता नहीं क्यों अपनिया अपने कम्मां काजां वास्ते, अपने अपने गुरमुख प्यारे मनोरथां वास्ते असी चंद क राज नीतक पार्टियां दे चट्टे वट्ठे बन के रह गए हां। खालसा जी शहीदियां देनियां पैणियां, इन्हां शहीदियां दा मुल छोटियां छोटियां मंगां पिछे क्यों शी हो रहे हो? छोटियां छोटियां गल्लां पिछे क्यों? खालसा राज क्यों नहीं मंगदे? जे मरना ही है तो फिर अणख नाल मरो, गैरत नाल मरो, ताकि तुहाडियां आउण वालियां कौमां तुहाडे इतिहास ते माण करन, तुहाडा इतिहास स्कूलां कालजां विच पढ़िया जावे। तुहाडा इतिहास कालजां यूनिवर्सिटियां का
सिलेबस का हिस्सा बने। सो मेरी बेनती है गुरमह प्यारो इस मंच से पंथक मोर्चे के प्रबंधकों का जिथे मैं धन्नवाद करदा भाई अमृतपाल सिंह उन्होंने सहयोगी बंदियों के परिवार का मैं बहुत सत्कार करदा। साडे बहुत ही सत्कारयोग सिंह साहब जथेदार बलजीत सिंह जी दादूवाल साहब बैठे ने। जो भी तुसी प्रोग्राम दोगे साडी जथेबंदी 110% समर्थन करेगी ते नाल तुहाडे मोढे दे नाल मोढा ला के खड़ांगे। और नाल मैं भी बेनती करा अणख गैरत विच आओ छोटिया छोटिया गल्लां नूं भुला के जे 18वीं सदी विच 12 मिसलां कठियां हो सकदियां ते आपां तां 4 क चुल्हे आ गुरमह प्यारो आपां एवें अपना अपना जगाई बैठे आ। आओ गुरमह प्यारो खालसा राज दी मंग करिए। जदों साडा राज होएगा जदों साडा तख्त होएगा फिर असी हक मंगण वालिआं विच नहीं हक देण वालिआं विच होवांगे। ए देश जिहदे विच रहना साडी मजबूरी है ए कानून जिहदे अधीन जिंदगी बसर करनी साडी मजबूरी है। पर साडी कोई लालसा है असी ओह दिन वेखणा चाहुंदे आ जदों साडा अपना राज होएगा। मुद्द तो गुजर गई रंजो कम सहते हुए अब लाज सी आती है इस वतन को वतन कहते हुए। वाहिगुरु जी का खालसा वाहिगुरु जी की फतेह।